पकड़ पकड़ भाई छोड़ दी संबंध का सेट लाइट और छोड़ दी अपनी लाइट भी है देखो। हाँ जी और ये लाइट बंद करे हाँ जी राशि क्या आप साहब क्या थे आप साहब वहाँ ढक दो आप पर कुला लगा हुआ लॉज पड़ा बोल शाह जी किधर देते हैं शाह जी इधर अच्छा शाह यो अच्छा शाह कैमरा बारो बार उस बेचारे का मैं जेडे ले मैसेज कोई करता मैं तले कैमरा लिखता रहा उस आखा आई हैव ड्रॉप कैमरा इन असद शाह होम कैमरा मिल गया हूं जरा खासा तुसा कोल मिठाई कैमरा इना मिल गया इस पासे कड़ा जी ओ पीरो ओ किथे हो करे आइसोलेशन वार्ड में चले गए हो शाह जी आता है रोटी जी दिखा दी उठी खाओ कल ना ठीक है बंद कहीं तरह से अपडेट करती है ऑटोमेटिकली आज मैसेज आ गया लगे दे कमे दे लगे दे आपने दे लगे दे हां ये लगे दे तेरे की बड़ा मन ये किसी का नहीं है अपना सेफ्टी अच्छा क्या आप सब क्या आखने ना ना ये आप साहब तक कुछ आता है कि आप साहब तक कहना है उस्मान तक कहना है आप साहब ये पोस्ट आप ही ला छोड़ी है करकुला आप साहब ऐसे डकते ही हो गए रहे किसी हद सीने दे पूरे मले दे ला सटी है आप साहब वीडियो देख सी कहाँ आज किसी वीडियो देख क्या ना आप साहब चोदी आप साहब आप उस्मान साहब ब्याह की खुशी पर जोड़ा है ना रोटी सारे खिला तू क्या आखने आप साहब हाँ आप साहब का संगी भी बैठे देना आप उस्मान साहब का वो है लाइव जुड़ता है कोई मैसेज कोई दे ना कोई पैगाम आइसोलेशन वार्ड में कल खादी है ये अच्छा तेरे आना एक मिनट जरा उधर आ जाना आवाज उत्ते आ गई हाँ जी अच्छा हो गया जी हाँ जी तुम क्या आप साहब का क्या दे मखड़ी हलवा है ना लेने चलो इतनी खा लो बीजू जान का क्या पे आप पीर कोई मैसेज देनी अच्छा भाजी मेरे काबले इतराम
ਔਰ ਮੈਂ ਆਖਣਾ ਅੱਜ ਲੋਟੇ ਵਾਲਾ ਬਿਆਨ ਪੈ ਦੇ ਦੇ ਪੈ ਦੇ ਇਹ ਨਹੀਂ ਕਿ ਮੈਂ ਮਖੌਣ ਨਾ ਨਾਤਾ ਕੋ ਆਏ ਰਹਿ ਜੋ ਮੈਂ ਯਾਦ ਆਇਆ ਮੈਂ ਕਿਹਾ ਉਹਨਾਂ ਵੀ ਤੇ ਬੁਲਾਵਾ ਅੱਛਾ ਅੱਲਾ ਕੋ ਆਏ ਮੈਂ ਉਹਨਾਂ ਫੋਨ ਕਰੋ ਲੱਗੇ ਆ ਇਹ ਮੇਰਾ ਅੱਲਾ ਸੁਣਦਾ ਪਿਆ ਕਿਸ ਕਮੇ ਵਿੱਚ ਦੋ ਰੋਟੀ ਪਕੀ ਦੀ ਦੀ ਬੁਲਾਣਾ ਪਿਆ ਮੈਂ ਯਾ ਇਸ ਤਰ੍ਹਾਂ ਕਿ ਸੀ ਮੇਰੀ ਗੱਲਾਂ ਮਜ਼ਾਕ ਸਮਝੀ ਤੇ ਤੋ ਆਪੀ ਰੋਟੀ ਕੀਤੀ ਕੋਬਲਾ ਜੀ ਤੇ ਸਿਰਾ ਅੱਛਾ ਤੇ ਆਪ ਨੂੰ ਮੈਂ ਐਸੇ ਦੀ ਤਰ੍ਹਾਂ ਕੋਇਆ ਕਰੋ ਫਿਰ ਤੇ ਸਿਰਾ ਅੱਛਾ ਤੇ ਆਪ ਨੂੰ ਮੈਂ ਐਸੇ ਦੀ ਹੈ ਜੀ ਅੱਛਾ ਵੀਰ ਜਰਾ ਜੇ ਮੈਂ ਦੀਦਾਰ ਕਰਾ ਛੋੜੋ ਕਿਥੇ ਨੂੰ ਦੀਤੀ ਇਹ ਫੈਸਲ ਭਾਈ ਆਤੇ ਨੇ ਜੀ ਹਰੀ ਹੈ ਆਪਣਾ ਹਵੇਲੀਆਂ ਵਾਲੇ ਆਤੇ ਨੇ ਕੜਾਈ ਆਏ ਹੋਏ ਕੜਾਈ ਕਲਿਓ ਕਲਿਓ ਖਾ ਰਹੇ ਹੋਏ ਕਦੋਂ ਸਾਹਿਬ ਕਿਤੇ ਨੇ ਜੀ ਰਜਾਈ ਕਰਕੇ ਸਹਿ ਦੱਸੀ ਆਪ ਸਾਹਿਬ ਅਸੁਸ਼ਾ ਬਾਜੀ ਆਹ ਨੇ ਇੱਕ ਕਿਲੋ ਕੀਮਾ ਪਕਾਏ ਦੇ ਪੂਰਾ ਗ੍ਰਾਮ ਬੁਲਾਏ ਦੇ ਇੱਕ ਕਿਲੋ ਕੀਮਾ ਨਹੀਂ ਹੈ ਵੀਰੋ ਦੋ ਕਿਲੋ ਗੋਟੀ ਹੈ ਦੋ ਕਿਲੋ ਗੋਟੀ ਖਾਲਸ ਗੋਟੀ ਦੋ ਕਿਲੋ ਗੋਟੀ ਚਾਰ ਪਾਏ ਹਲਵਾ ਮਖੜੀ ਸਿਰੇ ਉਦੋਂ ਹਲਵਾ ਮਖੜੀ ਹੈ ਬਾਲ ਦੇ ਤੇ ਨਾ ਲੈ ਕੇ ਟੋਕਨ ਚਾਹ ਦਾ ਸਿਰੇ ਉਦੋਂ ਨਾਲ ਚਾਰ ਦੁੱਧ ਨੇ ਪੈਪਸੀ ਦੀਆਂ ਗੋਟੀਆਂ ਕੀਤੀਆਂ ਘੋੜੀ ਸੋਨੇ ਆ ਜੀ ਸਾਹਿਬ ਜਾਨ ਤੁਸੀਂ ਆਤੇ ਨੇ ਬੜੇ ਮਸਰੂਫ ਹੋ ਜਾਂਦੇ ਹੋ ਪੀਰ ਵੀ ਆਤੇ ਨੇ ਫਿਰ ਖੁਸ਼ ਰਹੋ ਫੈਸਲ ਭਾਈ ਖੁਸ਼ ਰਹੋ ਸ਼ੁਕਰੀਆ ਮੋਬਾਈਲ ਚੇਂਜ ਕਰ ਸਕੋ ਫਿਰ ਤੁਸੀਂ ਸ਼ਾਹ ਜੀ ਆਹ ਡਰਾਮੇ ਨਾ ਕਰੋ ਕੀਮਾ ਆਧਾ ਕਿਲੋ ਹੈ ਐਂ ਸ਼ਾਹ ਜੀ ਆਹ ਕੀਮਾ ਆਧਾ ਕਿਲੋ ਹੈ ਅੱਧਾ ਕਿਲੋ ਹੋਵੇ ਜਾਂ ਦੋ ਕਿਲੋ ਹੋਵੇ ਆਹੋ ਵਾਸਤੇ ਜਹਾਂ ਨੇ ਰੋਟੀ ਕਿਤੇ ਖਾਏ ਹੋ ਉੱਥੇ ਹੀ ਖਾਏ ਹੋ ਜਿਹਦੇ ਘਰ ਖਾ ਲਈਏ ਇੱਧਰ ਦੱਸੀ ਨੇ ਬੋਤਲਾਂ ਦੱਸੀ ਸ਼ਾਹ ਜੀ ਆਓ ਸ਼ਾਹ ਜੀ ਇਹ ਬੋਤਲਾਂ ਵੀ ਆ ਗਈਆਂ ਨੇ ਆਹ ਖੋ ਜੀ ਬਾਈ ਆ ਸ਼ਾਹ ਸਾਹਿਬ ਆਤੇ ਨਾ ਤੁਸੀਂ ਇੱਕ ਕਿਲੋ ਕੀਮਾ ਪਕਾਏ ਤੇ ਸਾਰੇ ਗਰਾਂ ਇਹ ਦੱਸੇ ਤੇ ਦੱਸੋ ਨੇ ਜੀ ਇੱਕ ਕਿਲੋ ਕੀਮਾ ਨਹੀਂ ਇਹ ਤਾਂ ਕੀਮਾ ਹੈ ਇਨਸ਼ਾਅੱਲਾ ਇਸ ਵਿੱਚੋਂ ਹੀ ਬੈਸੀ ਤੇ ਅਸੀਂ ਘਰਿਆਂ ਖੜਸਾ ਹਾਂਜੀ ਠੀਕ ਹੈ ਕਾਸ਼ਤ ਓਕੇ ਫਿਰ ਕਲੋਜ਼ ਕਰਾਂ ਦੋ ਵਜੇ ਥੋੜ੍ਹੇ ਕਾਗਜ਼ ਵੀ ਉਹ ਦੇ ਕੇ ਲਿਖਣ ਸੁਖਾ ਦੇ ਵਿੱਚ ਚਲੋ ਮੈਂ ਹੀ ਸਲਾਹ ਜ਼ਰੂਰ